ਅਮਰੀਕਾ 'ਚ ਹੋ ਰਹੇ ਰਾਸ਼ਟਰਪਤੀ ਦੇ ਚੋਣਾਂ ਵਿੱਚ ਅਮਰੀਕਾ 'ਚ ਰਹਿੰਦੇ ਕਈ ਭਾਰਤੀ ਅਮਰੀਕੀ ਚਾਹੁੰਦੇ ਹਨ ਕਿ ਹਿਲੇਰੀ ਕਲਿੰਟਨ ਹੀ ਅਗਲੀ ਰਾਸ਼ਟਰਪਤੀ ਬਣੇ। ਇਸ ਦਰਮਿਆਨ ਚੋਣਾਂ ਤੋਂ ਠੀਕ ਪਹਿਲਾਂ ਡੈਮੋਕ੍ਰੈਟਿਕ ਉਮੀਦਵਾਰ ਹਿਲੇਰੀ ਕਲਿੰਟਨ ਦੇ ਸਮਰਥਨ 'ਚ ਅਮਰੀਕਾ 'ਚ ਰਹਿੰਦੇ ਭਾਰਤੀ ਕਾਰੋਬਾਰੀ ਸੰਤ ਸਿੰਘ ਚਟਵਾਲ ਉੱਤਰ ਆਏ ਹਨ ਅਤੇ ਉਹਨਾਂ ਨੇ ਹਿਲੇਰੀ ਦੀ ਜਿੱਤ ਲਈ ਗੁਰਦੁਆਰਾ ਸਾਹਿਬ 'ਚ ਜਾ ਕੇ ਵਿਸ਼ੇਸ਼ ਅਰਦਾਸ ਕੀਤੀ। ਨਿਊਯਾਰਕ ਦੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਗਿਆਨੀ ਭੁਪਿੰਦਰ ਸਿੰਘ ਨੇ ਵੀ ਹਿਲੇਰੀ ਦੇ ਸਮਰਥਨ 'ਚ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਕਿਹਾ ਕਿ ਜਿਸ ਤਰ੍ਹਾਂ ਹਿਲੇਰੀ ਨੇ ਸਾਡੇ ਸਮਾਜ ਲਈ ਆਵਾਜ਼ ਬੁਲੰਦ ਕੀਤੀ ਹੈ ਅਤੇ ਮਨੁੱਖਤਾ ਲਈ ਲੜਦੀ ਆਈ ਹੈ, ਅਸੀਂ ਵੀ ਚਾਹੁੰਦੇ ਹਾਂ ਕਿ ਹਿਲੇਰੀ ਕਲਿੰਟਨ ਦੀ ਇਸ ਚੋਣ 'ਚ ਉਸ ਦੀ ਜਿੱਤ ਹੋਵੇ। ਚਟਵਾਲ ਨੇ ਕਿਹਾ ਹੈ ਕਿ ਟਰੰਪ ਨੂੰ ਕੋਈ ਵੀ ਸਮਝ ਨਹੀਂ ਹੈ, ਜਦਕਿ ਹਿਲੇਰੀ ਕਲਿੰਟਨ ਭਾਰਤੀ ਦੀਆਂ ਸਮੱਸਿਆਵਾਂ ਨੂੰ ਸਮਝਦੀ ਹੈ। ਜਿਸ ਡਿੱਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਹਾਵਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਰਥ ਕਰਦਿਆਂ ਹੋਇਆ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨਾ, ਕਾਮਯਾਬੀ ਦੀਆਂ ਦਾਤਾਂ ਨਾਲ ਕਿਰਤਾਰਥ ਕਰਦਿਆਂ ਝੋਲੀਆਂ ਖੁਸ਼ੀਆਂ ਅਰਥ ਕਰਦਿਆਂ ਇਸ ਕੀਤੀ ਅਰਦਾਸ ਨੂੰ ਸਤਿਗੁਰੂ ਜੀਓ ਆਪ ਸੰਪੂਰਨ ਕਰਾਉਣਾ ਅਤੇ ਬੀਬੀ ਹਿਲੇਰੀ ਕਲਿੰਟਨ ਨੂੰ ਸਤਿਗੁਰੂ ਆਪਣੇ ਦਰੋਂ ਘਰੋਂ ਕਾਮਯਾਬੀ ਦੀਆਂ ਦਾਤਾਂ ਨਾਲ ਕਿਰਤਾਰਥ ਕਰਨਾ। Whatever happens, good or bad time, we always pray. And when you take the blessing or the prayers for the Almighty God, and our Sikh Guru Granth Sahib is the over there, the religious is also from Hindu, Muslim, Sikh, Christian, all the religion are together over there. And our whenever we start anything new, anything good, bad, we always take the blessing. Now is the time, 24 hours before the election, we requested the head priest, 5 head priests came, from temples, they wanted to come and pray so that tomorrow Hilly for sure shot as a victory. Hilly is a great friend of Indian America. I live this country. I want somebody to become the president where my economy is stable. Bureau Report, Punjab Today.